ਸਾਡੀਆਂ ਮੰਗਾਂ ਜੀ ਅਸੀਂ ਤੁਹਾਡੇ ਸਾਹਮਣੇ ਹੀ ਆ ਵੀ ਸਰਕਾਰ ਦੇ ਗੜੀ ਇਹ ਅੱਜ 13 ਮਈ ਤੋਂ ਰੱਖ ਕੇ ਅੱਜ ਤੱਕ ਸਾਡੀ ਹੜਤਾਲ ਜਿਹੜੀ ਆ ਜਾਰੀ ਆ ਉਹ ਇਹ ਜਾਰੀ ਇਸ ਕਰਕੇ ਆ ਕਿ ਸਾਈ ਸਰਕਾਰ ਨੂੰ 2-3 ਵਾਰੀ ਵੀ ਕਹਿ ਕੇ ਆ ਗਏ ਆ ਮੀਟਿੰਗ ਕਰਕੇ ਆ ਗਏ ਆ ਕਿ ਸਾਡੀ ਜਿਹੜੀ ਪਹਿਲੀ ਮੰਗ ਆ ਇਹ ਕੱਚੇ ਕਮੇ ਪੱਕੇ ਕਰਨੇ ਆ ਠੇਕੇਦਾਰੀ ਸਿਸਟਮ ਜਿਹੜਾ ਬੰਦ ਕਰਨਾ ਲਾਗੂ ਕਰੇ ਡੀਏ ਦੀਆਂ ਕਿਸ਼ਤਾਂ ਲਾਗੂ ਕਰੇ ਪੁਰਾਣੀ ਪੈਨਸ਼ਨ ਲਾਗੂ ਕਰੇ 4-9-14 ਦੀ ਸਾਡੀ ਕਿਸ਼ਤਾਂ ਜਿਹੜੀਆਂ ਉਹਨੂੰ ਦਿੰਦੇ ਪੀ ਐਫ ਜਿਹੜਾ ਸਾਡਾ ਕੱਟ ਲਿਆ ਤਨਖਾਹ 'ਚੋਂ ਕਿੰਨੇ ਕਿੰਨੇ ਸਾਲ ਹੋ ਚੱਲੇ ਉਹ ਖਾ ਗਏ ਆ ਉਹ ਨਹੀਂ ਸਾਡਾ ਅੱਜ ਤੱਕ ਸਾਡੇ ਖਾਤਿਆਂ 'ਚ ਜਮ੍ਹਾਂ ਕਰਾਇਆ ਜਾ ਰਿਹਾ ਅਸੀਂ ਚਾਹੁੰਦੇ ਹਾਂ ਵਿਆਜ ਸਮੇਤ ਤੋਂ ਜਮ੍ਹਾਂ ਕਰਾਇਆ ਜਾਵੇ ਬੈਂਕਾਂ ਦੀਆਂ ਕਿਸ਼ਤਾਂ ਐੱਲ ਆਈ ਸੀ ਦੀਆਂ ਕਿਸ਼ਤਾਂ ਅਤੇ ਹੋਰ ਵੀ ਜਿਹੜੇ ਸਾਡੇ ਕੋਲ ਪੈਸੇ ਕੱਟੇ ਜਾਂਦੇ ਉਹ ਅੱਜ ਤੱਕ ਸਾਡੇ ਮਤਲਬ ਨਾ ਤਾਂ ਬੈਂਕ ਨੂੰ ਘਲਾਉਂਦੇ ਆ ਨਾ ਖਾਤਿਆਂ 'ਚ ਜਾਂਦੇ ਆ ਨਾ ਐੱਲ ਆਈ ਸੀ ਨੂੰ ਘਲਾਉਂਦੇ ਆ ਕੱਲ੍ਹ ਨੂੰ ਸਾਡੇ ਕੋਲ ਮੁਲਾਜ਼ਮ ਮਰ ਜਾਂਦਾ ਉਹਨਾਂ ਦਾ ਉਹਦਾ ਹਵਾਲੀ ਵਰਸ ਕਮਾਉਣਾ ਅਜੇ ਤੱਕ ਤਾਂ ਕੋਈ ਮੰਨੀ ਨਹੀਂ ਗਈ ਜੇਕਰ ਨਹੀਂ ਮੰਨਦੇ ਤਾਂ ਫਿਰ ਅੱਜ ਅਸੀਂ 2 ਤਰੀਕ ਤੱਕ ਵੇਖਣਾ ਵਾ ਇਹਨਾਂ ਕਹਿ ਕੇ ਉਹ ਮਤਲਬ ਕੈਬਨਿਟ ਦੀ ਮੀਟਿੰਗ ਹੈਗੀ ਆ ਉੱਥੇ ਕੀ ਕਰਦੇ ਆ ਕੀ ਨਹੀਂ ਕਰਦੇ ਉਸ ਤੋਂ ਬਾਅਦ ਫਿਰ ਅਸੀਂ ਜਿਹੜਾ ਸੰਘਰਸ਼ ਆ ਇਹ ਤੇਜ਼ ਕਰਾਂਗੇ ਸੰਘਰਸ਼ ਤੇਜ਼ ਇਹ ਕਰੇਗਾ ਇਹ ਸਾਡੇ ਕੋਲ ਕੂੜਾ ਭਾਜੀ ਅਸੀਂ ਕੂੜਾ ਛੁੱਟਣਾ ਜੇ ਕੂੜਾ ਸ਼ਹਿਰ 'ਚ ਖਰਾ ਲਾਂਗੇ ਫਿਰ ਆਪੇ ਪਤਾ ਲੱਗੂ MLA ਦੇ ਬੂਹੇ ਗੜੀ ਖਿਲਾਰਾਂਗੇ DC ਦੇ ਬੂਹੇ ਗੜੀ ਖਿਲਾਰਾਂਗੇ SDM ਦੇ ਬੂਹੇ ਗੜੀ ਖਿਲਾਰਾਂਗੇ ਜਿਹੜਾ ਕਿ ਇਹਨਾਂ ਲੋਕਾਂ ਨੂੰ ਪਤਾ ਲੱਗੇ ਇਹ ਸੁੱਤੇ ਨੇ ਸਾਰੇ ਨੂੰ ਗੁੰਮ ਕਰਦੀ ਨਹੀਂ ਆਪੇ ਜਾਗਣਗੇ ਜਿਹਦੇ ਵਿੱਚ ਆਏ ਜੋ ਕੀ ਕਰਨਾ ਚਾਹੁੰਦੇ ਅਸੀਂ ਪੰਜਾਬ ਸਬਾਰਡੀਨ ਸਰਵੇਸ਼ਨ ਜ਼ਿਲ੍ਹਾ ਪ੍ਰਧਾਨ ਬਲਜਿੰਦਰ ਸਿੰਘ ਅੱਜ ਸਮੁੱਚੇ ਮੁਲਾਜ਼ਮ ਜਿਹੜੇ ਇਹਨਾਂ ਸਫਾਈ ਕਾਮਿਆਂ ਦੀ ਜਿਹੜੀ ਆ ਪਿੱਠ 'ਤੇ ਅਣ ਖਲੋਤੇ ਆ ਸਾਡਾ ਜਿਹੜਾ ਸਾਂਝਾ ਫਰੰਟ ਬਣਿਆ JPMO ਦਾ ਸਾਰੇ ਸਾਥੀ ਜਿਹੜੇ ਆ ਅੱਜ ਸਫਾਈ ਕਾਮਿਆਂ ਦੀ ਪੰਜਾਬ ਦੇ ਅੰਦਰ ਹਮਾਇਤ 'ਤੇ ਆਏ ਆ ਕਿਉਂਕਿ ਇਹਨਾਂ ਦੀ ਹੱਕੀ ਅਤੇ ਜਾਇਜ਼ ਮੰਗਾਂ ਜਿਹੜੀਆਂ ਉਹ ਸਰਕਾਰ ਨਹੀਂ ਮੰਨ ਰਹੀ ਕਿਉਂਕਿ 13 ਤਰੀਕ ਤੋਂ ਇਹ ਜਿਹੜੀ ਆਪਣੀ ਭੁੱਖ ਹੜਤਾਲ 'ਤੇ ਬੈਠੇ ਆ ਪਰ 2 ਤਰ੍ਹਾਂ ਇਹਨਾਂ ਦੀ ਗੱਲਬਾਤ ਹੋ ਗਈ ਪਰ ਅਜੇ ਤੱਕ ਜਿਹੜਾ ਵਾ ਸਰਕਾਰ ਨੇ ਇਹਨਾਂ ਦਾ ਕੋਈ ਮਸਲਾ ਹੱਲ ਨਹੀਂ ਕੀਤਾ ਇਹ ਉਹ ਕਾਮੇ ਆ ਜਿਨ੍ਹਾਂ ਕਰੋਨਾ ਮਹਾਮਾਰੀ ਦੇ ਅੰਦਰ ਫਰੰਟ ਲਾਈਨ 'ਤੇ ਹੋ ਕੇ ਜਿਹੜੀ ਉਹ ਲੜਾਈ ਲੜੀ ਸੀ ਪਰ ਇਹ ਅਜੇ ਤੱਕ ਇਹਨਾਂ ਨੂੰ ਕੱਚੇ ਕਾਮੇ ਆ ਇਹਨਾਂ ਨੂੰ ਪੱਕਿਆ ਨਹੀਂ ਕੀਤਾ ਜਾ ਰਿਹਾ ਉਦੋਂ ਇਹਨਾਂ 'ਤੇ ਬਹੁਤ ਫੁੱਲਾਂ ਦੀ ਜਿਹੜੀ ਆ ਵਰਖਾ ਕੀਤੀ ਜਾਂਦੀ ਵੀ ਬੜੇ ਬਹਾਦਰ ਸਾਥੀ ਆ ਜਦੋਂ ਲੋਕ ਘਰਾਂ ਦੇ ਅੰਦਰ ਬੂਹੇ ਮਾਰ ਕੇ ਵੜੇ ਸੀ ਪਰ ਇਹ ਆਪਾਂ ਇਹਨਾਂ ਨੂੰ ਵਹਿੰਦੇ ਰਹੇ ਇੱਥੇ ਵੀ ਇਹ ਸਵੇਰ ਤੋਂ ਆਣ ਕੇ ਕਿੱਦਾਂ ਜਿਹੜੀ ਆ ਸ਼ਹਿਰ ਦੀ ਸਾਫ਼ ਸਫਾਈ ਦਾ ਪ੍ਰਬੰਧ ਕਰਦੇ ਰਹੇ ਆ ਇਹਨਾਂ ਆਪਣੀ ਜਾਨਾਂ ਦੀ ਪਰਵਾਹ ਨਹੀਂ ਕੀਤੀ ਸਰਕਾਰ ਨੂੰ ਤਾਂ ਚਾਹੀਦਾ ਵੀ ਪਹਿਲੇ ਸਹਿਮ ਉਦੋਂ ਹੀ ਇਹਨਾਂ ਦਾ ਮਸਲਾ ਜਿਹੜਾ ਸੀ ਹੱਲ ਕਰਦੀ ਕੱਚੇ ਕਾਮੇ ਜੋ ਪੱਕੇ ਕਰਦੀ ਪੁਰਾਣੀ ਪੈਨਸ਼ਨ ਆ ਜਿਹੜੀ ਉਹ ਇਹਨਾਂ 'ਤੇ ਲਾਗੂ ਕਰਦੀ ਬਹੁਤ ਸਾਰੀਆਂ ਮੰਗਾਂ ਜਿਵੇਂ LIC ਵਧੀਆਂ ਵਾ ਤਨਖਾਹਾਂ ਜਿਹੜੀਆਂ 4-4 ਮਹੀਨੇ ਇਹਨਾਂ ਦੀਆਂ ਇਹ ਡੀਕਦੇ ਰਹਿੰਦੇ ਆ 4-4 ਮਹੀਨੇ ਤਨਖਾਹ ਨਹੀਂ ਮਿਲਦੀ ਇਹ ਉਹ ਕਾਮਿਆਂ ਨੂੰ ਜੇ ਤਨਖਾਹ ਨਹੀਂ ਸਰਕਾਰ ਦੇ ਸਕਦੀ ਇਹ ਤੋਂ ਨਿਕੰਮੀ ਸਰਕਾਰ ਜਿਹੜੀ ਉਹ ਕੀ ਹੋ ਸਕਦੀ ਆ ਇਸ ਕਰਕੇ ਪੇ ਕਮਿਸ਼ਨ ਦੀ ਰਿਪੋਰਟ ਡਿੱਗੇ ਜਾਮ ਆ ਕੁੱਲ ਜਿਹੜੇ ਮਸਲੇ ਪੰਜਾਬ ਦੇ ਮੁਲਾਜ਼ਮਾਂ ਜਿਹੜੇ ਅੱਜ ਉਹ ਸਾਰੇ ਪੰਜਾਬ ਦੇ ਅੰਦਰ ਸਾਰੇ ਸਫਾਈ ਕਾਮਿਆਂ ਦੀ ਜਿਹੜੀ ਉਹ ਮਹਿਤ ਆਏ ਆ ਅਗਲਾ ਜਿਹੜਾ ਪ੍ਰੋਗਰਾਮ ਆ ਕੋਈ ਵੀ ਆਗੂ ਇਹਨਾਂ ਦੀ ਪੰਜਾਬ ਦੀ ਜਿਹੜੀ ਟੀਮ ਆ ਉਹ ਦਊਗੀ ਉਹਨੂੰ ਇਨ ਬਿਨ ਜਿਹੜਾ ਲਾਗੂ ਕਰਾਂਗੇ ਤਾਂ ਕਿ ਸਰਕਾਰ ਦੇ ਨੱਕ 'ਚ ਦਮ ਕੀਤਾ ਜਾ ਸਕੇ